बड़ा खादे यार इन्हें भनो ने। ओ तू हो जा तैयार है, मैं किड़े वेले तैयार होया बैठा दस, ब्याह नहीं जाना था ना? ब्याह मैं कद नाल जाऊंगी, तैनूं पता तां हैगा चंगा भला भी सूट लियाउण वाला। ओ 90-100 तां तेरे वे सूट पै जिहड़ा मर्जी पा लै दस, मैनूं देख 4 साल हो गए अही कपड़े च जाइए ना ब्याह में। वे तिन ब्याहां च पा लिया मैं उही सूट वार वार, हुण मैं फिर उही पा के जावां? आ मैं 13 ब्याहां च पा ली पैंट दस, ਛੋਟਾ ਤਾਂ ਜਨਾਨੀਆਂ ਦਾ ਨਵੇਂ ਤੀਜੇ ਦਿਨ ਕੋਈ ਦਾ ਕੋਈ ਸੂਟ ਚੜੀ ਰਹਿੰਦਾ ਸਾਧ ਬਾਰ ਯਾਦ ਬਾਰ। ਮੈਂ ਦੇਖ ਅਣਸੀਤਾ ਤਾਂ ਹੁਣ ਸੀਮਿਆਂ ਨਹੀਂ ਜਾਣਾ ਤੁਰਤ ਤੇ, ਮੈਨੂੰ ਤਾਂ ਰੈਡੀਮੇਡ ਦਵਾ ਲਿਆ ਇੱਕ ਸੂਟ। ਮੇਰੀ ਨਿਚਲੀ ਹੋ ਕੇ ਗੱਲ ਸੁਣ ਲੈ, ਜੇ ਤਾਂ ਵਿਆਹ ਜਾਣਾ ਬਗਦਾ ਮੇਰੇ ਲਈ ਸੂਟ ਸੱਟ ਨੂੰ ਪੈਸੇ ਨਹੀਂ ਹੈਗੇ, ਸਾਡੇ ਤਾਂ ਉੱਥੇ ਨਹੀਂ ਜਾਂਦੀ ਜੁੰਦੀ ਹੈਗੀ। ਪੈਸੇ ਨਾਲ ਸਲਾਮੀ ਪਾਉਣ ਨੂੰ ਨਹੀਂ ਉੱਥੇ, ਮੈਂ ਨਹੀਂ ਜਾਂਦੀ ਜੁੰਦੀ, ਮੈਂ ਬੇਇੱਜ਼ਤੀ ਨਿਗਰਾਨੀ ਉੱਥੇ ਦੀਵੀਆਂ ਚ। ਹਾਂ ਚੱਲ ਜੇ ਨਹੀਂ ਜਾਂਦੀ ਨਾ ਜਾ ਯਾਰ, ਇਕੱਲਾ ਹੀ ਵਗ ਜਾ ਫਿਰ। ਆਹੋ ਮੈਨੂੰ ਨਾ ਕਹੀਂ ਹੁਣ ਵਿਆਹ ਨੂੰ ਜਾਣ ਨੂੰ ਤੇਰੇ ਨਾਲ। ਆਹੋ ਚੱਲ ਚੰਗਾ ਫਿਰ ਮੈਂ ਇਕੱਲਾ ਵਗ ਜਾ। ਬੜਾ ਲਹੂ ਪੀਂਦਿਆ ਮੈਂ ਲਾਇਕ ਨੜਾਸਾ ਟੋਟੇ ਕਰ ਮੇਰੇ ਸੜਕਣੇ ਚੱਲ ਆਇਆ ਖਰਚਾ ਪਾਉਣੀ ਜਾਂਦੀ ਹੈਗੀ। ਹਾਂ ਤੂੰ ਭਗ ਜੀ, ਚੱਲ ਠੀਕ ਆ ਫਿਰ ਮੈਂ ਭਗ ਜੂ। ਹੈ ਕੱਲੇ ਹੀ ਆਊਗਾ, ਮੈਂ ਬੈਠਾ 10 ਮਿੰਟ ਫਿਰ ਮੈਂ ਜੰਮੂ ਤਿਆਰ ਤਿਉਰ ਹੋ ਕੇ ਸਵਾਰ ਕੇ ਅੱਜ ਤਾਂ ਪੈਕ ਲਵਾ ਦਿੱਤਾ, ਹੁਣ ਜਾਈ ਨਾ ਜੇ ਗਈਆਂ ਦੇਖ ਲੈ ਹੁਣ। ਹਾਂ ਨਹੀਂ ਜਾਂਦੀ ਮੈਂ। ਚੱਲ ਠੀਕ ਆ ਮੈਂ ਚੱਕਾਂ ਮੋਟਰਸਾਈਕਲ ਦਾ। ਹੈ ਆਹੋ ਨਹੀਂ ਹੁਣ ਤਾਂ ਆਪੇ ਤਾਂ ਕਿਹਾ ਵੀ ਤੂੰ ਇਕੱਲਾ ਵਗ ਜਾ ਉੱਥੇ, ਹੁਣ ਮੈਂ ਤੈਨੂੰ ਲੈ ਜਾਂਦਾ ਤੂੰ ਜਾਂਦੀ ਨਹੀਂ ਨਾ, ਕੋਈ ਹੋਰ ਤਾਂ ਨਹੀਂ ਤਿਆਰ ਕਰ ਰੱਖੀ ਨਾਲ? ਉਹ ਕੁਛ ਨਹੀਂ ਤਿਆਰ ਕਰਾ, ਤੂੰ ਘਰੇ ਰਹਿਣ ਵਾਲੇ ਹੁਣ ਨਾ ਇਕੱਲੇ ਜਾਵਾਂਗੇ। ਹੈ ਐਂ ਕਾਹਨੂੰ ਕਰਦੇ ਹੋ, ਹੁਣ ਸ਼ਰਮ ਨਹੀਂ ਆਊਗੀ ਲੋਕੀ? ਤੇਰੇ ਲਈ ਵੀ ਤਾਂ ਸੂਟ ਨਹੀਂ, ਲੋਕੀ ਕਹਿ ਕੀ ਕਹਿਣਗੇ ਤੈਨੂੰ ਵੀ ਇਹ ਇਕੱਲੇ ਹੀ ਆ ਗਿਆ, ਮੂੰਹ ਚੱਕ ਕੇ ਜਵਾਕ ਜੱਲਾ ਨਾਲ ਹੀ ਨਹੀਂ ਲਿਆਇਆ। ਮੈਂ ਕਹਿ ਦੂੰਗਾ ਵੀ ਉਹ ਉਹਦੇ ਲਈ ਸੂਟ ਨਹੀਂ ਤੀ, ਵੀ ਤੂੰ ਰਹਿ ਕੇ ਐਂ ਬੇਇੱਜ਼ਤੀ ਕਰੇਗਾ ਹੁਣ ਮੇਰੀ ਤੂੰ ਉੱਥੇ। ਪਰ ਹੁਣ ਤੂੰ ਜਾਂਦੀਆਂ ਨਹੀਂ ਮੈਂ ਕੀ ਕਰਾਂ ਦੱਸ? ਚੱਲ ਕੋਈ ਨਾ ਮੈਂ ਉਹੀ ਪਾ ਲਊਂਗੀ ਜੇ ਪਾਇਆ ਫਿਰ ਚੱਲਾਂ ਕਰਦੀ ਆ, ਮੈਂ ਉੱਥੇ ਜਾ ਕੇ ਬਦਲ ਲੂੰ ਕੱਪੜੇ। ਆਹੋ ਚੱਕ ਲੈ ਭਰ ਜਾ ਬੈਗ ਜਿਹੜਾ ਹੈਗਾ, ਤੇ ਬੈਗ ਚੱਕ ਲੈ ਜਾ 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 ਚੱਕ ਲੈ ਤੈਨੂੰ ਇਕੱਲੇ ਨੂੰ ਕਿਤੇ ਜਿੰਨਾ ਜੇ ਮੀ ਲੋਟ ਨੂੰ ਨਾ ਤਾਂ ਕੁਛ ਨਾ ਤਾਂ ਪਾਵੇ, ਹੁਣ ਪਰਾਉਣਾ ਹੀ ਪਾ ਕੇ ਜਾਊਗੀ ਨਾਲੇ ਲੱਗੀ ਨਵੇਂ ਸੂਟ ਦੇ ਨੂੰ ਜਾਣਦੇ ਨਹੀਂ ਕਿਉਂਕਿ ਲਾਲ ਕਾ ਹੋਣਾ ਮੈਂ ਤਾਂ ਕਦੇ ਆਪਦਾ ਨਹੀਂ ਕੱਛਾ ਕੁੱਛਾ ਲਿਆ ਤੈਨੂੰ ਕੱਛਾ ਦਵਾ ਤੂੰ ਸੂਟ ਫੋਕੀ ਸੁਲਾ ਵੀ ਨੀ ਮਾਰੀ ਹੈਗੀ ਕਿ ਭਾਈ ਤੁਸੀਂ ਨਾਲ ਚੱਲੋ, ਫਿਰ ਵੀ ਵੱਡੇ ਆ ਸੀ। ਉਹ ਚੱਲ ਕੋਈ ਨੀ ਜਿਵੇਂ ਅਗਲੇ ਦਾ ਸਰਦਾ ਹਨਾ, ਤੂੰ ਐਂ ਕਰ ਕੋਈ ਚਾਹ ਪਾਣੀ ਬਣਾ ਦੇ ਮੇਰੇ ਵਾਸਤੇ। ਤੈਨੂੰ ਤਾਂ ਸਾਰਾ ਦਿਨ ਚਾਹ ਦੀ ਰਹਿੰਦੀ ਹੈ, ਤਾਂ ਹੀ ਤਾਂ ਮੈਨੂੰ ਉਹ ਪੁੱਛਦੇ ਨਹੀਂ ਹੈਗੇ ਜੇ ਗਾਹ ਤੂੰ ਝੁੱਡੂ ਹੈਗਾ। ਝੁੱਡੂ ਨੂੰ ਦੱਸ ਤੈਨੂੰ ਪੁੱਛਣ ਨੂੰ ਭੈਣ ਨਾਲ ਲੈ ਜਾ ਕਰਨ ਗੋਦੀ ਚੱਕ ਕੇ ਉਹ। ਓਵੇ ਭੇ ਜਿਵੇਂ ਤੂੰ ਵੱਡਾ ਹੈ ਨਾ, ਘਰ ਦੀ ਕਬੀਲਦਾਰੀ ਤੂੰ ਸਾਂਭ, ਪਰ ਤੈਨੂੰ ਕਿੱਥੇ ਤਿੰਨ ਤਾਂ ਚਾਹ ਚੋਂ ਵੇਲ ਨਹੀਂ ਮਿਲਦੀ। ਲਿਆਓ ਚਾਹ, ਦਿਓ ਚਾਹ। ਵਿਆਹਤੀ ਤੂੰ ਤਾਂ ਜਾ ਮੈਨੂੰ ਚੰਗੀ ਲੜਨ ਬਹਿ ਜਾ ਕਰ, ਲੜਨ ਬਹਿ ਜਾ ਕਰ। ਔਖੀ ਤਾਂ ਕੰਮ ਤੇ ਆ ਸਾਰਾ, ਹੁਣ ਤੂੰ ਵੀ ਮੈਨੂੰ ਕਰਨਾ ਪਊਗਾ। ਜਦ ਹੁਣ ਮੇਰੇ ਗਲ ਪਿਆ ਮੈਨੂੰ ਤਾਂ ਕਰਨਾ ਹੀ ਪੈਣਾ, ਉਹ ਕਹਿੰਦੇ ਨਹੀਂ ਹੁੰਦੇ ਕਿ ਗਲ ਪਿਆ ਢੋਲ ਵਜਾਉਣਾ ਹੀ ਪਊਗਾ। ਉਹ ਚੰਗਾ ਚੰਗਾ ਹੁਣ ਲਿਆ ਦੇ ਹਿੱਲ ਪੈ ਲਿਆਉਣੀ ਆ, ਤੂੰ ਤਾਂ ਚਾਹ ਹੀ ਡੱਫਣ ਤੇ ਰਹੀ। ਬੜੀ ਯਾਰ ਜਨਾਨੀ ਚਾਹ ਬਣਾਉਣ ਲੱਗੀ ਵੀ ਔਖੀ ਹੁੰਦੀ ਹੈ, ਮੱਚ ਗਈ ਵੀ ਹੁਣ ਸਾਰਾ ਕੰਮ ਮੈਨੂੰ ਕਰਨਾ ਪਊ, ਉਹ ਤਾਂ ਨਿਕਲ ਗਈ। ਦੱਸਿਆ ਭਈ ਕਿਉਂ ਚੱਲ ਰਿਹਾ ਲੈ ਨਹੀਂ ਕਿਵੇਂ ਬੈਠੀ ਆ ਮੂੰਹ ਜਿਹਾ ਲੰਗਾਈ? ਨਾ ਨਾ ਉਹੀ ਤੈਨੂੰ ਲੱਗਦਾ ਮੈਂ ਤਾਂ ਕੰਮ ਨਿਬੇੜ ਕੇ ਹਟੀ ਹਾਂ। ਨਹੀਂ ਤੇਰੀ ਪੱਕੀ ਸਹੇਲੀ ਆ ਮੈਂ, ਹੁਣ ਮੈਨੂੰ ਹੀ ਲੱਗੂਗਾ ਕੀ ਗੱਲ ਹੋਊਗੀ। ਗੱਲ ਕੀ ਹੋਣੀ ਆ, ਮੇਰੇ ਵਾਲੀ ਦਰਾਣੀ
ਤੀਜੇ ਦਿਨ ਚੱਕਦੀ ਹੈ ਝੋਲਾ ਆਪਦੇ ਵਾਲੀ ਨਾਲ ਬਾਹਰ ਨਿਕਲ ਜਾਂਦੀ ਹੈ ਘੁੰਮਣ ਫਿਰਨ ਰੱਜ ਵਿਆਹ ਚਲੇ ਗਏ ਬਿਨਾਂ ਦੱਸੇ ਨਹੀਂ ਪਰ ਤੂੰ ਵਗ ਜਾ ਇਹ ਚ ਕੀ ਗੱਲ ਨਾਲੇ ਗੱਲ ਸੁਣ ਅੱਜ ਕੱਲ੍ਹ ਤੇਰੀ ਜੀ ਦਰਾਣੀ ਹੈ ਜਿਹੜੀ ਬੜੀ ਨਿਕਲੀ ਫਿਰਦੀ ਹੈ ਤੀਜੇ ਦਿਨ ਤਾਂ ਉਹ ਸ਼ਹਿਰ ਜਾਂਦੀ ਹੈ ਪਤਾ ਨੀ ਕਿੱਥੇ ਜਾਂਦੀ ਹੈ ਮੂੰਹ ਜਾ ਲਿਸ਼ਕਾ ਕੇ ਆ ਜਾਂਦੀ ਹੈ ਨਹੀਂ ਪਰ ਤੂੰ ਵਗ ਜਾ ਤੈਨੂੰ ਕੀ ਪੈਸਿਆਂ ਦਾ ਥੋੜਾ ਗਾ ਤੇਰਾ ਬੰਦਾ ਬਥੇਰੇ ਕਮਾਉਂਦਾ ਗਾ ਤੇਰੇ ਤੇ ਨੀ ਲਾ ਸਕਦਾ ਹੈਗਾ ਤੂੰ ਹੀ ਉਹ ਆਂਗੀ ਤੂੰ ਕਹਿ ਨੀ ਸਕਦੀ ਉਹਨੂੰ ਬਥੇਰਾ ਰੋਣੀ ਆ ਉਹ ਸੁਣਦਾ ਕਿੱਥੇ ਹੈ ਉਹਨੂੰ ਤਾਂ ਇਸ ਘਰ ਦੀ ਪਈ ਰਹਿੰਦੀ ਹੈ ਉਹਦੇ ਵਾਲਾ ਹਜੇ ਚੰਗਾ ਹੀ ਉਹ ਕਹਿਣ ਦੀ ਦੇਰ ਉਹਦੀ ਭੱਜ ਲੈਂਦਾ ਨਹੀਂ ਤੁਹਾਨੂੰ ਕਿਹੜਾ ਘਰ ਦਾ ਕੱਲਿਆਂ ਨੂੰ ਠੇਕਾ ਲਿੱਤਾ ਹੋਇਆਗਾ ਤੂੰ ਮਾੜੇ ਮੁੰਡਾ ਕਿਹਾ ਆਪਦੇ ਬੰਦੇ ਨੂੰ ਤੂੰ ਵੀ ਥੱਲੇ ਲਾ ਉਹਨੇ ਤਾਂ ਲਾ ਰੱਖਿਆ ਦੇਖ ਲਾ ਨਿੱਤ ਨਵੇਂ ਭੈਣੇ ਸੂਟ ਪਾਉਂਦੀ ਆ ਉਹਦੀ ਜਦ ਮਰਜ਼ੀ ਦੇਖ ਲਾ ਮੈਂ ਤਾਂ ਜਿੰਨੇ ਗੇਲੀ ਮਿਲਦੀ ਆ ਉਹਨੇ ਗੇਲੀ ਉਹਦਾ ਸੂਟ ਬਦਲਿਆ ਤਾਂ ਬਦਲਿਆ ਇੱਕ ਤੂੰ ਆਗੀ ਸੜ ਸੜ ਸਵਾਹ ਹੋਈ ਜਾਂਦੀ ਹੈਗੀ ਹੋਰ ਲੜਾਈ ਤਾਂ ਇਸੇ ਗੱਲ ਦੀ ਹੈ ਮੈਂ ਉਹਨੂੰ 50 ਵਾਰੀ ਕਹਿਤਾ ਭਾਈ ਮੈਨੂੰ ਵੀ ਇੱਕ ਅੱਧਾ ਸੂਟ ਦਵਾ ਲਿਆ ਉਹਨੂੰ ਤਾਂ ਸਾਰਾ ਦਿਨ ਚਾਹ ਚਾਹ ਦੀ ਰਹਿੰਦੀ ਹੈ ਨਹੀਂ ਹੱਕ ਮੰਗਿਆਂ ਤੋਂ ਨਹੀਂ ਮਿਲਦੇ ਕਹਿਣੇ ਪੈਂਦੇ ਆ ਤੂੰ ਮਾੜਾ ਮਾੜਾ ਕਹਿ ਤਾਂ ਸਹੀ ਆਪਦੇ ਬੰਦੇ ਤੇ ਰੋਬ ਮਾਰ ਫਿਰ ਹੀ ਲਿਆ ਕੇ ਦੂਗਾ ਤੈਨੂੰ ਕੁਛ ਤੂੰ ਤਾਂ ਇੱਕ ਬਾਸੀ ਮੂੰਹ ਕਰਕੇ ਬੈਠੀ ਹੈਗੀ ਐਂ ਤਾਂ ਤੈਨੂੰ ਲਿਆਤੇ ਉਹਨੇ ਗਿਫਟ ਫਿਰ ਤੇਰੇ ਵਾਲੀ ਗੱਲ ਵੀ ਸਹੀ ਆ ਹਨਾ ਤੇ ਹੋਰ ਨਹੀਂ ਤਾਂ ਹੀ ਨਹੀਂ ਦੇਖਿਆ ਤੇਰੀ ਦਰਾਣੀ ਕਿਵੇਂ ਆਪਦੇ ਬੰਦੇ ਨੂੰ ਦੇਖ ਲਾ ਅੱਖ ਤੇ ਨਚਾਉਂਦੀ ਆ ਜਨਾਨੀ ਉਂਗਲਾਂ ਤੇ ਨਚਾਉਂਦੀ ਨੇ ਉਹ ਅੱਖਾਂ ਦੇ ਇਸ਼ਾਰਿਆਂ ਤੇ ਨਚਾਉਂਦੀ ਆ ਨਹੀਂ ਹਾਂ ਨਹੀਂ ਇੱਕ ਦਬਕਾ ਮਾਰਦੀ ਆ ਤਾਂ ਮੂੰਹ ਤਦਾ ਫਿਰਦਾ ਆਹੀ ਕੁਛ ਫਿਰ ਤੂੰ ਕਰ ਹੁਣ ਸੋਚਦੀ ਕੀ ਆ ਚੱਲ ਮੈਂ ਵੀ ਦੇਖਦੀ ਆ ਫਿਰ ਕਰਕੇ ਆਈ ਕੁਛ ਚੱਲ ਠੀਕ ਹੈ ਜਾਨੀ ਦੁੱਖ ਸੁੱਖ ਸਾਂਝਿਆ ਕਰ ਲੈ ਕਰ ਮੇਰੇ ਤਾਂ ਗੋਲਾ ਬਣਿਆ ਪਿਆ ਸੀਗਾ ਚੱਲ ਵਧੀਆ ਦੱਸਿਆ ਮੈਨੂੰ ਸਕੀਮ ਦੱਸ ਗਈ ਤੂੰ ਆ ਜਾਣ ਦੇ ਉਹਨੂੰ ਨਾਲੇ ਹੋਰ ਆ ਕੰਮ ਕਰ ਨੂੰ ਤੂੰ ਹੱਥ ਲਾਇਆ ਕਰ ਆਪੇ ਕਰੇ ਨਾ ਕਰੇ ਮੈਂ ਕੋਈ ਨੌਕਰ ਲੱਗੀ ਆ ਹੁਣ ਆਪੇ ਵੰਡ ਕੇ ਕਰਿਆ ਕਰਾਂਗੇ ਨਹੀਂ ਤੂੰ ਤਾਂ ਕਹਿਣ ਜੋਗੀ ਆ ਤੈਥੋਂ ਨਹੀਂ ਕੁਛ ਹੁੰਦਾ ਹੈਗਾ ਚੱਲ ਚੰਗਾ ਜਾਨੀ ਆ ਮੈਂ ਆਹੋ ਉਹ ਗੱਲ ਤਾਂ ਇਹ ਸਹੀ ਕਹਿ ਕੇ ਗਈ ਆ ਆਪ ਇੰਨੇ ਇੰਨੇ ਪੈਸੇ ਲਾਉਂਦੀ ਆ ਜੇ 2-3 ਹਜ਼ਾਰ ਮੈਂ ਲਾਇਆ ਆਉਂਗੀ ਕਿ ਪਹਾ ਆਉਂਦਾ ਆ ਜਾਣ ਦੇ ਨੂੰ ਜਾ ਕਹਿੰਦੀ ਆ ਮੈਨੂੰ ਮੈਨੂੰ ਵੀ ਪਾਰਲਰ ਲੈ ਕੇ ਜਾਊਗਾ ਕਿਵੇਂ ਬਹਿ ਗਈ ਉਰੇ ਉੱਠ ਗਿਆ ਹਾਂ ਉੱਠ ਗਿਆ ਅੱਖਾਂ ਜੀਆਂ ਫਿਰ ਮਾਸਾ ਲੀ ਪਹਿਲਾਂ ਮੇਰੀ ਗੱਲ ਸੁਣ ਲਾ ਕੀ ਹੋ ਗਿਆ ਤੈਨੂੰ ਮੇਰੇ ਮੂੰਹ ਤੇ ਛਾਈਆਂ ਪਈ ਜਾਂਦੀਆਂ ਨੇ ਮੈਨੂੰ ਵੀ ਪਾਰਲਰ ਲੈ ਕੇ ਜਾ ਮੈਂ ਫੇਸ਼ੀਅਲ ਕਰਾ ਕੇ ਲਿਆਉਣਾ ਉਹ ਰਹਿਣ ਦੇ ਜਿਹੇ ਜੀ ਹੈਗੀਆਂ ਸੋਹਣੀ ਐ ਉਹਦਾ ਬੜਾ ਲਿਪ ਲੁਪ ਜੇ ਦੰਦੇ ਨੇ ਨਾ ਜਦੋਂ ਉਹ ਜਾਂਦੀ ਹੁੰਦੀ ਐ ਉਦੋਂ ਤਾਂ ਤੂੰ ਕਹਿੰਦਾ ਨਹੀਂ ਹੁੰਦਾ ਆਪਦੇ ਭਾਈ ਨੂੰ ਕਿ ਨਾ ਲੈ ਕੇ ਜਾ ਲੈ ਹੁਣ ਤੂੰ ਉਹਦਾ ਸਰੀਕਾ ਕਰਨਾ ਉਹਦਾ ਸਰੀਕਾ ਕਰਨਾ ਇਸੇ ਗੱਲ ਸਰੀਕੇ ਵਾਲੀ ਨਹੀਂ ਹੈਗੀ ਤੇ ਹੋਰ ਕੀ ਐ ਫਿਰ ਜਦ ਇੱਕ ਘਰ 'ਚ ਰਹਿੰਦੇ ਆ ਤੇ ਬਰਾਬਰ ਦੀ ਚੀਜ਼ ਮਿਲਣੀ ਚਾਹੀਦੀ ਆ ਇਹ ਕੀ ਗੱਲ ਆ ਮੈਨੂੰ ਤੂੰ ਚੀਜ਼ ਨਹੀਂ ਦਿੰਦਾ ਤੇ ਉਹਨੂੰ ਚੀਜ਼ ਮਿਲਦੀ ਆ ਸਾਰੇ ਕੋਈ ਮੈਂ ਇਕੱਲੇ ਘਰ ਦੇ ਕੰਮਾਂ ਵਾਸਤੇ ਆ ਉਹ ਫਿਰਨ ਤੁਰਨ ਵਾਸਤੇ ਆ ਉਹ ਚੰਗਾ ਬਾਬਾ ਮੈਂ ਤੈਨੂੰ ਲੈ ਚੱਲੂੰਗਾ ਜੇ ਅੱਜ ਜਾਣਾ ਕਿ ਕੱਲ ਨੂੰ ਜਾਣਾ ਹੁੰਦਾ ਹਾਂ ਅੱਜ ਹੀ ਜਾਣਾ ਆ ਨਾਲੇ ਕੱਪੜੇ ਲਿਆਉਣੇ ਆ ਮੈਂ 2-3 ਸੂਟ ਉਹੀ 4 ਸੂਟ ਰਹਿ ਗਏ ਉਹ ਨਿੱਤ ਨਵਾਂ ਲਿਆਉਂਦੀ ਆ ਫਿਰ ਉਹਨਾਂ ਨੂੰ ਤਾਂ ਆ ਜਾਂਦੇ ਕਿ ਕੱਲਾ ਘਰ ਸੁਣਨਾ ਛੱਡ ਕੇ ਵਗ ਜੀਏ ਉਹ ਆ ਗਏ ਨੇ ਦੇਖ ਲਾ ਕਿਵੇਂ ਆਉਂਦੇ ਪਹਿਲਾਂ ਪਾਉਂਦੇ ਠੀਕ ਹੈ ਠੀਕ ਆ ਨਾ ਤੁਸੀਂ ਬਿਨਾਂ ਦੱਸੇ ਚਲੇ ਗਏ ਦੱਸ ਤਾਂ ਜਾਂਦੇ ਦੱਸਣ ਨੂੰ ਦੱਸ ਤੈਨੂੰ ਕਿਹੜਾ ਦੱਸਣਾ ਚੱਲ ਕੋਈ ਨੀ ਤੁਸੀਂ ਕੰਮ ਮੂੰਹ ਜਾ ਫਲਾ ਰੱਖਿਆ ਹੋਵੇ ਚੱਲ ਪਾਗ ਮਨ ਨੂੰ ਤਾਂ ਕੰਮ ਕੁਮ ਕਰ ਲੈ ਅੰਦਰ ਜਾ ਕੇ ਸੁਣ ਲੈ ਕੋਈ ਕੁਛ ਨਹੀਂ ਹੋਇਆ ਕਹਿੰਦੀ ਮੈਨੂੰ ਵੀ ਬਾਜ਼ਾਰ ਲੈ ਕੇ ਚੱਲ ਅੱਛਾ ਹੋਰ ਵੇ ਗੱਲ ਹੈ ਹੋਰ ਕੀ ਕਰ ਲਈ ਕੁਛ ਨਹੀਂ ਚੱਲ ਤੂੰ ਭਾਗ ਬਾਣੇ ਅੰਦਰ ਜਾ ਕਿਉਂ ਚੱਲ ਗਿਆ ਇਸ਼ਾਰਿਆਂ ਤੇ ਉਹ ਚੱਲਦੀ ਤਾਂ ਹੈਗੀ ਆ ਭਰਾਵਾ ਇਹ ਤੇਰੇ ਵਾਲੀ ਨੂੰ ਦੇਖ ਕੇ ਨਾ ਇਹ ਵੀ ਸਾਂਭ ਜਾਂਦੀ ਆ ਉਹ ਮੈਂ ਮੇਰੇ ਵਾਲੀ ਨੂੰ ਕਿਹੜਾ ਪਾਈਲਰ ਸੂਟ ਦਵਾ ਤੇ ਤਾਂ ਸਕੀਮ ਲਾਉਣੀ ਪੈਂਦੀ ਯਾਰ ਜਿਨ੍ਹਾਂ ਦੀ ਇਹਨੂੰ ਤਾਂ ਜਿੱਧਰ ਮਰਜ਼ੀ ਮੋੜ ਲੈ ਤਾਂ ਕੱਚੇ ਲੋਹੇ ਵਰਗੀਆਂ ਨੇ ਅੱਛਾ ਔਰ ਉਹਨੂੰ ਲੈ ਹਾਂ ਮੈਨੂੰ ਵੀ ਦੱਸ ਦੇ ਕੋਈ ਸਕੀਮ ਜੀ ਸਕੀਮ ਤਾਂ ਇਹ ਹੈ ਮੇਰੀ ਗੱਲ ਸੁਣ ਬਿਊਟੀ ਪਾਰਲਰ ਦਾ ਕਹਿੰਦੀ ਆ ਇਹ ਹਾਂ ਹਾਂ ਤੂੰ ਸਕੀਮ ਲਾ ਅੱਜ ਹੈਗਾ ਐਤਵਾਰ ਸਾਰਾ ਬਾਜ਼ਾਰ ਬੰਦ ਪੈ ਲਿਆ ਇਹਦਾ ਅੱਛਾ ਇਹਨੂੰ ਕਹਿੰਦੇ 4 ਦਿਨ ਨੂੰ ਬਿਊਟੀ ਪਾਰਲਰ ਤੇ ਲਿਆਉਣਾ ਦਾ ਕਰਾ ਕੇ ਜਿਹੜਾ ਮੂਲ ਪਈ ਜਾ ਤੇਰਾ ਆਹੋ ਇਹਦੇ ਜਾਊਂਗਾ ਅੱਜ ਅੱਜ ਕੱਲ ਨੂੰ ਮੈਂ ਜਾਂਦਾ ਨਹੀਂ ਕਿਤੇ ਕੰਮ ਤੇ ਉੱਥੇ ਖਾਲੀ ਮੁੜ ਕੇ ਆਉਂਗੇ ਤੁਸੀਂ ਇੰਨੇ ਜਿਹਦਾ ਮਨ ਖੜ ਜੂ ਨਾਲੇ ਇਹਦਾ ਮੂੰਹ ਸਿਰ ਨਹੀਂ ਲਿਪਿਆ ਜਾਣਾ ਨਾਲੇ ਤੇਰੇ ਪੈਸੇ ਪਾ ਜਾਣਗੇ ਉਹਦਾ ਮਨ ਖੜ ਕਰ ਬਾਹ ਜੂ ਯਾਰ ਐਡੀ ਓਏ ਹਾਂ ਓਏ ਨਾਲੇ ਆਖੂ ਕਿ ਚੱਲ ਲੈ ਤਾਂ ਗਿਆ ਸੀ ਮੈਨੂੰ ਆ ਮੇਰੇ ਵਾਲੀ ਭਣੋ ਕਹਿੰਦੀ ਮੈਨੂੰ ਉਹ ਦਵਾ ਬਰੀ ਬਰੀ ਬੁਰੀ ਜੀ ਹੁੰਦੀ ਹੈ ਸੂਟ ਦੀ ਕੋਈ ਤਕੜੇ ਪੈਂਦਰ ਗੁੰਦਰ ਜੇ ਹਾਂ ਹਾਂ
ਮਾਂ ਮੈਮੂ ਨੂੰ ਲੈ ਕੇ ਜਾਂਦਾ ਤੈਨੂੰ ਬਾਜ਼ਾਰ ਚ ਹਾਰ ਕੇ ਪੱਟਿਆ ਹੋਇਆ ਪਰਾਣਾ ਜਿਹਾ ਪਾ ਕੇ ਬਾਕੀ ਗਿਆ ਚਾਹੀਂ ਦੋ ਗੇਟਾ ਦਬਾ ਲਿਆ ਦੋ ਗਲਾਸ ਜੰਮਣਾ ਖਾਧੀਆਂ ਚਲ ਘਰੇ ਆ ਗਏ ਐਡੀ ਅਹੀਂ ਹੁੰਦੀ ਜਨਾ ਜਿਹਨੂੰ ਤਾਂ ਜਿੱਧਰ ਮਰਜ਼ੀ ਮੋੜ ਲੈ ਯਾਰ ਪਿਆਰਾਂ ਨੂੰ ਪਲੋਸ ਕੇ ਰੱਖਣੀ ਮਿਲਦੀ ਨੇ ਗੱਲ ਤਾਂ ਸਹੀ ਹੈ ਤੇਰੀ ਆਹੀ ਸਕੀਮ ਲੜਾਉਣਾ ਅੱਜ ਹੀ ਇਹਨੇ ਮੇਰਾ ਮੋਟਰਸਾਈਕਲ ਲੈ ਜਾ ਬਾਜ਼ਾਰ ਚ ਗੇੜਾ ਜਿਹਾ ਦਬਾ ਲਿਆ ਗੋਲ ਗੱਪੇ ਖਵਾ ਲਈ ਵੀ 10 ਰੁਪਏ ਦੇ ਇੰਨੇ ਚ ਖੁਸ਼ ਹੋ ਜਾਓ ਠੀਕ ਇਧਰ ਮੂੰਹ ਪੰਜ ਸੱਤ ਨਾਲ ਸਲਾਮ ਹੀ ਕਰੀ ਜਾਵੇਂਗਾ ਮੈਂ ਕੀ ਕਿਹਾ ਸੀ ਮੈਂ ਤਾਂ ਇਹ ਕਹਿੰਦਾ ਭਾਬੀ ਵੀ ਕਮਾ ਲਿਆ ਮੈਂ ਭਰਾਈ ਦਾ ਮਨ ਖੁਸ਼ ਹੋ ਜਾਊਗਾ ਚੱਲ ਚੱਲ ਚੱਲੀਏ ਚੱਲ ਹਾਂ ਬਸ ਫਿਰ कर ला हुण इहनूं छेती स्टार्ट करदा हुण इत्थे तां इक मोटरसाइकल भी नहीं छेती स्टार्ट हुंदा ਸਟਾਰਟ ਹੁੰਦਾ ਐਂ ਹੋ ਜਾਂਦੇ ਨੇ ਚੌਦਾਂ ਪੰਦਰਾਂ ਗੇਅਰ ਨੇ ਲੈ ਅੱਛਾ ਕਿੱਥੇ ਜਾਂਦੇ ਹੋ ਫੜ ਕੇ ਤੈਨੂੰ ਲੱਗਦਾ ਤੂੰ ਪੁੱਛੇ ਲੱਗੀ ਜੇ ਤਾਂ ਲੰਬਾਈ ਕਿੱਥੇ ਪਾਣੀ ਐ ਇਹਨੂੰ ਦੱਸੋ ਕਿੱਥੇ ਜਾਣੇ ਹੋ ਰਿਹਾ ਪਾਪੀ ਚੱਕੇ ਕੰਮ ਜਾਂਦੇ ਨੇ ਰਾਮ ਮੂੰਹ ਸਿਰ ਜਾ ਮਨਾ ਕੇ ਆ ਲਿਆਉਣਾ ਲਿਪਾ ਲੈ ਤੇ ਮੇਰੇ ਨਾਲ ਵਗ ਜਾਂਦੀ ਤੂੰ ਮੈਂ ਕਿੰਨੀ ਵਾਰੀ ਤਾਂ ਕਿਹਾ ਇਹ ਕਿਹੜਾ ਜਾਣ ਦਿੰਦਾ ਹੈਗਾ ਚਲ ਆ ਜਾ ਬਹਿ ਜਾ ਹੁਣ ਨਾ ਲੇਟ ਹੋ ਤੂੰ ਪਹਿਲੀ ਲੇਟ ਬਥੇਰੀ ਓ ਤੂੰ ਤੱਕੇ ਕੰਮ ਨੂੰ ਜਾਂਦੇ ਨੇ ਖਾਲੀ ਤਾਂ ਸਿਰਫ ਆਕਾ ਠੀਕ ਕਰਾ ਲੋ ਹੋਰ ਇਹ ਨਹੀਂ ਚੱਲਦਾ ਤੇਰਾ ਹੁਣ ਕੀ ਯਾਰ ਚਲ ਭਾਈ ਸਾਹਿਬ ਇਹਨੂੰ ਉੱਥੇ ਠੀਕ ਕਰਾ ਲਈ ਮੜਾ ਇਹਨੂੰ ਆਹੋ ਆ ਜਾ ਤੱਕਾ ਲਾ ਕੇ ਚੱਲ ਲੈ ਹੁਣ ਤੱਕਾ ਲਾ ਕੇ ਜਾਣਗੇ ਤੱਕਾ ਕਾਨੂੰ ਪਣੋ ਅੱਛਾ ਤੇਲ ਮੁੱਕ ਰਿਹਾ ਤੇ ਹੁਣ 4-500 ਦਾ ਪਵਾ ਲਾਊਗਾ ਐਸ ਕੀ ਲੋੜ ਮੇਰੇ ਕਿਵੇਂ ਛਕਲ ਦੇ 12 ਵਜੇ ਮੇਰੇ ਤੇ ਹੀ ਮੱਚੀ ਜਾਂਦੀ ਹੈ ਦੱਸ ਯਾਰ ਕੁਛ ਨਹੀਂ ਹੁੰਦਾ ਪੈਸੇ ਲੱਗਣਗੇ ਉਹਨਾਂ ਦੇ ਲੱਗਣਾ ਆਪਣਾ ਤੇਲ ਪੈ ਜੀ